ਤੁਸੀਂ ਜਿੱਦਾਂ ਟੀਚਰ ਰਹੇ ਆ ਤੁਸੀਂ ਬੱਚਿਆਂ ਨੂੰ ਬਹੁਤ ਹੈਂਡਲ ਕੀਤਾ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਕਈ ਐਗਰੈਸਿਵ ਹੋ ਗਏ ਆ ਟੇਕ ਕੇ ਨਹੀਂ ਬਹਿੰਦੇ ਠੀਕ ਆ ਤੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਤੇ ਉਹਨਾਂ ਨਾਲ ਗਲਤ ਵੀ ਬੋਲਦੇ ਆ ਗਲਤ ਬੋਲਦੇ ਉਦਾਂ ਦੀ ਰਿਸਪੈਕਟ ਨਹੀਂ ਰਹੀ ਮੈਂ ਦੇਖਿਆ ਛੋਟੇ ਛੋਟੇ ਬੱਚਿਆਂ 'ਚ ਵੀ ਮਤਲਬ ਕਿ ਚਲੋ ਇੱਕ ਏਜ ਤੱਕ ਤਾਂ ਮੰਨ ਸਕਦੇ ਥੋੜ੍ਹਾ ਬਹੁਤ ਕੀ ਕਰੀ ਇਹਦੇ ਬਾਰੇ ਮੋਟਾ ਜਿਹਾ ਮੈਂ ਦੱਸਦਾ ਜੀ ਹਾਂਜੀ ਜਦੋਂ ਮੈਂ ਪੜ੍ਹਾਉਂਦਾ ਸੀ ਹਾਂਜੀ ਉਸ ਸਮੇਂ ਟੀਚਰ ਬੋਲਦੇ ਸੀ ਨਿਆਣੇ ਨਹੀਂ ਸੀ ਬੋਲਦੇ ਜੀ ਅੱਜ ਮੈਂ ਵੀ ਦੇਖਿਆ ਸਕੂਲੇ ਜਾ ਕੇ ਬੱਚੇ ਬੋਲਦੇ ਆ ਟੀਚਰ ਚੁੱਪ ਕਿਉਂਕਿ ਅਲਾਮੇ ਆਉਂਦੇ ਹਾਂ ਇਹ ਹੋਇਆ ਕਿਉਂ ਇੱਦਾਂ ਹੋਇਆ ਇਹ ਅਸੀਂ ਐਵੇਂ ਜਾਣ ਕੇ ਜੀ ਭੂਏ ਚੜ੍ਹਾ ਲਿਆ ਬਈ ਨਿਆਣੇ ਨੂੰ ਬਿਲਕੁਲ ਕਹੋ ਨਾ ਮੈਂ ਤਾਂ ਕਹਿੰਦਾ ਉਹਨੂੰ ਇੰਨਾ ਨਹੀਂ ਯੋਗ ਜਿਹੀ ਸਜ਼ਾ ਦਿਓ ਹਾਂਜੀ ਅਹਿਸਾਸ ਕਰਾਓ ਵੀ ਤੇਰੀ ਆਹ ਗਲਤੀ ਪਹਿਲਾਂ ਤਾਂ ਮੈਂ ਦੇਖਿਆ ਕੁੱਟਦੇ ਹੁੰਦੇ ਸੀ ਮਤਲਬ ਪੇਰੈਂਟਸ ਸਾਡੇ ਪੈਂਦੀਆਂ ਹੁੰਦੀਆਂ ਸੀ ਨੋ ਡਾਊਟ ਨਹੀਂ ਸਾਡੇ ਪੈਂਦੀਆਂ ਹੁੰਦੀਆਂ ਸੀ ਹੁਣ ਤਾਂ ਸਕੂਲਾਂ 'ਚ ਵੀ ਪੈਂਦੀ ਹੁੰਦੀ ਸੀ ਹਾਂਜੀ ਸਾਡੇ ਹੁਣ ਤਾਂ ਸਕੂਲਾਂ 'ਚ ਵੀ ਮਨਾ ਕਰਤਾ ਆ ਕਿ ਨਹੀਂ ਮਾਰਨਾ ਕੀ ਉਹ ਚੰਗਾ ਸੀ ਨਹੀਂ ਚਾਹੀਦਾ ਉਹਨਾਂ ਨੂੰ ਅਹਿਸਾਸ ਤਾਂ ਕਰਾਉਣਾ ਚਾਹੀਦਾ ਨਹੀਂ ਤੁਸੀਂ ਕਹਿੰਦੇ ਵੀ ਇੱਦਾਂ ਲੱਗਣੀ ਚਾਹੀਦੀ ਆ ਹਾਂ ਹੈ ਮਤਲਬ ਕਿ ਬੋਲ ਕੇ ਅਹਿਸਾਸ ਨਹੀਂ ਹੁੰਦਾ ਹੋ ਰਿਹਾ ਸੀ ਹੈ ਨਾ ਅੱਛਾ ਤੁਸੀਂ ਇਹ ਚੇਂਜ ਦੇਖਦੇ ਆ ਮਤਲਬ ਇਹ ਵੀ ਕਾਰਨ ਦੇਖਦੇ ਆ ਹਾਂਜੀ ਹੋਰ ਕੀ ਕਾਰਨ ਦੇਖਦੇ ਬੱਚਾ ਇੱਥੇ ਮੈਂ ਹੀ ਹਾਂਜੀ ਜਾਂਦੇ ਆ ਮਾਡਲ ਸਕੂਲ ਨੂੰ ਬੱਚੇ ਹਾਂਜੀ ਬੱਸ ਤੇ ਜਾਂਦੇ ਆ ਹਾਂਜੀ ਉਹਦੇ ਮਾਂ ਜਾਂ ਬਾਪ ਨੇ ਉਹਦਾ ਝੋਲਾ ਚੱਕਿਆ ਹੁੰਦਾ ਜੀ ਉਹ ਹੌਲੀ ਹੌਲੀ ਵੱਡਾ ਹੁੰਦਾ ਜਾਂਦਾ ਪਰ ਉਹਦੀ ਆਦਤ ਇਹ ਰਹਿੰਦੀ ਵੀ ਬੁੜਾ ਝੋਲਾ ਚੱਕੇ ਬਾਕੀ ਇਹ ਵੀ ਮੈਂ ਦੇਖਿਆ ਜੀ ਹਾਂਜੀ ਵੀ ਤੁਸੀਂ ਕੋਈ ਮੋਮਬੱਤੀ ਜਾਂ ਦੀਵਾ ਜਲਾਇਆ ਆ ਹਾਂਜੀ ਬੱਚਾ ਉਹਨੂੰ ਉਂਗਲ ਲਾਉਣ ਦੀ ਕੋਸ਼ਿਸ਼ ਕਰਦਾ ਹਾਂਜੀ ਉਹਨੂੰ ਇੰਨਾ ਨਾ ਝਿੜਕ ਦਿਓ ਅੱਛਾ ਹਟਾ ਲਓ ਵੀ ਸਾੜ ਨਾ ਲਵੇ ਹਾਂਜੀ ਕਿਤੇ ਆਪਣੇ ਸਾਹਮਣੇ ਦੇਖੋ ਲਾ ਕੇ ਵੀ ਦੇਖੂਗਾ ਹਾਂ ਫਿਰ ਸੜੂਗਾ ਤੁਹਾਨੂੰ ਅਹਿਸਾਸ ਹੋ ਜਾਊਗਾ ਮਤਲਬ ਬੱਚੇ ਨੂੰ ਆਪਣਾ ਇੱਕ ਵਾਰੀ ਜੋ ਕਰ ਰਿਹਾ ਨਵੀਂ ਚੀਜ਼ ਨੂੰ ਇੱਕ ਵਾਰੀ ਕਰਕੇ ਦੇਖ ਲੈਣ ਦਿਓ ਦੇਖ ਉਹ ਆਪਣੀ ਕਸਟਡੀ 'ਚ ਹਾਂ ਇੱਦਾਂ ਨਹੀਂ ਕਿ ਉਹ ਤੋਂ ਲਗਾ ਕੇ ਤਾਂ ਆਪਾਂ ਮੋਮਬੱਤੀ ਚੱਲ ਜਾਈਏ ਪਰ ਲੈ ਵੀ ਕਰ ਲੈ ਜੋ ਕਰਨਾ ਹਾਂ ਇੱਥੇ ਦੀ ਗੱਲ ਆ ਜੀ ਮੈਂ ਇੱਥੇ ਬੈਠਾ ਸੀ ਹਾਂਜੀ ਦੋ ਬੀਬੀਆਂ ਉਹ ਥੜੇ ਤੇ ਸੀਗੀਆਂ ਅੱਛਾ ਉੱਧਰ ਆਪਸ 'ਚ ਗੱਲਾਂ ਕਰਦੇ ਆ ਉਹਨਾਂ ਦੇ ਨਿਆਣੇ ਅੱਛਾ ਇੱਥੇ ਉਹ ਲਗਾਇਆ ਗੇਟ ਹਾਂਜੀ ਉਹ ਖੋਲ੍ਹ ਕੇ ਤਾਂ ਝੂਟੇ ਲੈਂਦੇ ਸੀ ਅੱਛਾ ਤੁਹਾਡੇ ਜਿਹੜਾ ਅੰਦਰ ਆਹ ਜਿਹੜਾ ਸਾਹਮਣੇ ਜੀ ਅੱਛਾ ਤੁਹਾਡਾ ਛੋਟਾ ਗੇਟ ਆ ਵਾਲਾ ਓਕੇ ਓਕੇ ਠੀਕ ਹੈ ਠੀਕ ਹੈ ਉਹਨਾਂ ਨੂੰ ਮੈਂ ਕਿਹਾ ਵੀ ਬੱਚਿਆਂ ਦਾ ਖਿਆਲ ਕਰੋ ਸੱਟ ਨਾ ਲਵਾ ਲੈ ਅੱਛਾ ਉਹ ਕਹਿੰਦੀਆਂ ਕੋਈ ਨਹੀਂ ਓਏ ਨਾ ਕਰਿਓ ਹੁਣ ਨਾ ਲਾਇਓ ਅੱਛਾ ਇਹ ਲੱਗੇ ਰਹੇ ਹਾਂ ਦੋਨਾਂ ਨੇ ਸਿਰ ਪੜਾ ਲਏ ਉਹ ਆਪਣੇ ਰੁਝੀਆਂ ਰਹੀਆਂ ਹੁੰਦਾ